ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਾਈਪ੍ਰਸ ਲਾਈਵ ਵਿੱਚ। ਦੋਸਤੋ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਾਈਪ੍ਰਸ ਲਾਈਵ। ਦੋਸਤੋ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਇਸ ਚੈਨਲ ਦੇ ਵਿੱਚ ਆਪਾਂ ਹਮੇਸ਼ਾ ਹੀ ਜਿਹੜੀਆਂ ਵੀ ਜਾਣਕਾਰੀ ਵਾਲੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ। ਜੋ ਵੀ ਸਾਈਪ੍ਰਸ ਦੇ ਵਿੱਚ ਕੋਈ ਨਵੀਂ ਅਪਡੇਟ ਹੁੰਦੀ ਆ ਵੀਜ਼ੇ ਦੇ ਬਾਰੇ ਜਾਂ ਵਰਕ ਵੀਜ਼ੇ ਬਾਰੇ ਜਾਂ ਸਟੂਡੈਂਟ ਵੀਜ਼ੇ ਬਾਰੇ ਜਾਂ ਕੋਈ ਹੋਰ ਵੀ ਜਿਹੜਾ ਨਵਾਂ ਕਾਨੂੰਨ ਆਉਂਦਾ ਵਾ ਇਸ ਸਾਈਪ੍ਰਸ ਦੇ ਵਿੱਚ, ਉਸ ਬਾਰੇ ਆਪਾਂ ਜਾਣਕਾਰੀ ਇਸ ਚੈਨਲ ਰਾਹੀਂ ਵੀਡੀਓ ਅਪਲੋਡ ਕਰਕੇ ਤੁਹਾਡੇ ਤਾਈਂ ਪਹੁੰਚਾਉਂਦੇ ਹਾਂ। ਸੋ ਦੋਸਤੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਜਿਹੜਾ ਬੈੱਲ ਵਾਲਾ ਨਿਸ਼ਾਨ ਹੁੰਦਾ ਵਾ ਉਹਨੂੰ ਵੀ ਕਲਿੱਕ ਕਰਕੇ ਜਿਹੜੀਆਂ ਨੋਟੀਫਿਕੇਸ਼ਨ ਆਲ ਅਨੇਬਲ ਕਰ ਲਿਓ, ਤਾਂ ਜੋ ਜਿਹੜੀ ਵੀ ਆਪਾਂ ਜਿਹੜੀ ਵੀਡੀਓ ਅਪਲੋਡ ਕਰੀਏ ਆਪਾਂ ਇਸ ਚੈਨਲ ਦੇ ਵਿੱਚ ਉਹ ਤੁਹਾਡੇ ਤਾਈਂ ਜਿਹੜੀ ਆ ਨੋਟੀਫਿਕੇਸ਼ਨ ਪਹੁੰਚ ਸਕੇ। ਠੀਕ ਹੈ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਜਿਹੜਾ ਵੀ ਜਦੋਂ ਆਪਾਂ ਫਾਈਲ ਲਾਉਂਦੇ ਹਾਂ ਵਗੈਰਾ, ਜਦੋਂ ਆਪਾਂ ਪੇਪਰ ਦਿੰਦੇ ਹਾਂ ਆਪਣੇ ਸਾਈਪ੍ਰਸ ਦੇ ਵਿੱਚ ਸੈਂਡ ਕਰਦੇ ਹਾਂ ਪੇਪਰ, ਉਹਨਾਂ ਦੀ ਜਦੋਂ ਵੀਜ਼ਾ ਆਪਣਾ ਲੱਗਣ ਲਈ ਉਹ ਅੱਗੇ ਫੈਲ ਜਾਂਦੀ ਆ, ਉਹਦੇ ਵਾਸਤੇ ਜਿੱਦਾਂ ਕਮੈਂਟ ਕੀਤਾ ਸੀਗਾ ਉਹਨਾਂ ਨੇ ਵੀ ਉਹਦੀ ਰਸੀਦ ਕੋਈ ਮਿਲਦੀ ਆ ਜਾਂ ਨਹੀਂ ਮਿਲਦੀ, ਅਤੇ ਉਸ ਬਾਰੇ ਗੱਲ ਕਰਾਂਗੇ। ਬਾਕੀ ਇਹ ਗੱਲ ਕਰਾਂਗੇ ਵੀ ਕਿੰਨਾ ਟਾਈਮ ਲੱਗ ਜਾਂਦਾ ਵੀਜ਼ਾ ਆਉਣ ਦੇ ਵਿੱਚ, ਅਤੇ ਦੂਜੀ ਗੱਲ ਕਰਨੀ ਵੀ ਕਿੰਨੀ ਕੁ ਸੈਲਰੀ ਹੁੰਦੀ ਆ। ਜ਼ਿਆਦਾ ਕਰਕੇ ਕੁੜੀਆਂ ਦੇ ਕਈ ਵਾਰੀ ਕਮੈਂਟ ਹੁੰਦੇ ਜਿਹੜੇ ਲਿਖੇ ਵੀ ਕੁੜੀਆਂ ਨੇ ਜੇ ਕੰਮ ਕਰਨਾ ਘਰ ਦੇ ਵਿੱਚ ਉਹਨਾਂ ਦੀ ਕਿੰਨੀ ਸੈਲਰੀ ਹੁੰਦੀ ਆ। ਠੀਕ ਹੈ। ਅਤੇ ਮੁੰਡਿਆਂ ਨੇ ਜੇ ਵਰਕ ਵੀਜ਼ੇ 'ਤੇ ਆਉਣਾ ਤਾਂ ਉਹਨਾਂ ਦੀ ਕਿੰਨੀ ਸੈਲਰੀ ਹੁੰਦੀ ਆ, ਅਤੇ ਸਾਈਪ੍ਰਸ ਦੇ ਵਿੱਚ ਬੰਦਾ ਸਟੂਡੈਂਟ ਕਿੰਨੇ ਕੁ ਪੈਸੇ ਕਮਾ ਲੈਂਦਾ, ਇਹਨਾਂ ਚੀਜ਼ਾਂ ਬਾਰੇ ਸਾਰੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਗੱਲ ਵੀ ਜਦੋਂ ਆਪਾਂ ਪੇਪਰ ਆਪਣੇ ਸਾਈਪ੍ਰਸ ਦੇ ਵਿੱਚ ਆ ਜਾਂਦੇ ਆ, ਉਹ ਆਪਣੇ ਪੇਪਰ ਲੱਗਦੀ ਆ, ਫਾਈਲ ਲੱਗਦੀ ਆ, ਅਤੇ ਉਹਦੀ ਆਪਾਂ ਨੂੰ ਰਸੀਦ ਮਿਲਦੀ ਆ ਜਾਂ ਨਹੀਂ ਮਿਲਦੀ, ਉਹ ਕੋਈ ਵੀ ਆਪਣੀ ਫਾਈਲ ਲੱਗ ਗਈ ਆ ਜਾਂ ਨਹੀਂ ਲੱਗ ਗਈ, ਉਹਦੇ ਬਾਰੇ ਆਪਾਂ ਨੂੰ ਕੁਛ ਦਿੰਦੇ ਆ ਜਾਂ ਨਹੀਂ ਦਿੰਦੇ, ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ, ਇਹ ਚੀਜ਼ ਹੁੰਦੀ ਆ ਜਦੋਂ ਵੀ ਆਪਣੀ ਫਾਈਲ ਵਗੈਰਾ ਪੇਪਰ ਵਗੈਰਾ ਇੱਧਰ ਲੱਗਦੇ ਆ, ਉਹ ਸਿੱਧੇ ਪੇਪਰ ਇਮੀਗ੍ਰੇਸ਼ਨ ਵਿੱਚ ਲੈ ਕੇ ਜਾਂਦੇ ਆ। ਜਦੋਂ ਇਮੀਗ੍ਰੇਸ਼ਨ ਵਿੱਚ ਲੈ ਕੇ ਜਾਂਦੇ ਆ, ਜਿਹੜਾ ਇੱਥੋਂ ਦਾ ਏਜੰਟ ਹੁੰਦਾ ਉਹਦੇ ਕੋਲ ਹੀ ਉਹ ਕੋਈ ਰਸੀਦ ਹੁੰਦੀ ਆ ਜਿਹੜੀ ਵੀ ਜਿਹੜੀ ਉਹਨਾਂ ਦੀ ਫੀਸ ਹੁੰਦੀ ਆ ਜਮ੍ਹਾਂ ਕਰਾਉਣ ਵਾਸਤੇ, ਉਹ ਆਪਾਂ ਲੈ ਸਕਦੇ ਹੁੰਦੇ ਹਾਂ ਪਤਾ ਨਹੀਂ, ਪਰ ਤੁਹਾਡੇ ਏਜੰਟ 'ਤੇ ਨਿਰਭਰ ਕਰਦਾ ਵੀ ਉਹ ਰਸੀਦ ਉਹ ਲੈਂਦਾ ਜਾਂ ਉਹਨੂੰ ਦਿੰਦਾ ਜਾਂ ਨਹੀਂ ਦਿੰਦਾ। ਅਤੇ ਬਾਕੀ ਹੋਰ ਗੱਲ ਕਰਦੇ ਹਾਂ ਵੀ ਕਿੰਨੀ ਸੈਲਰੀ ਹੋ ਸਕਦੀ ਹੈ ਜਿਹੜੇ ਵੀ ਸਟੂਡੈਂਟ ਦੀ ਜਾਂ ਸੋਰੀ ਵਰਕ ਵੀਜ਼ੇ 'ਤੇ ਜਿਹੜਾ ਵੀ ਬੰਦਾ ਆਉਂਦਾ ਵਾ ਉਹਦੀ ਕਿੰਨੀ ਸੈਲਰੀ ਹੋ ਸਕਦੀ ਆ, ਅਤੇ ਜਿਹੜੇ ਕੁੜੀਆਂ ਘਰ ਦੇ ਵਿੱਚ ਕੰਮ ਕਰਦੀਆਂ ਡੋਮੈਸਟਿਕ ਵਰਕ ਵੀਜ਼ੇ 'ਤੇ ਆਉਂਦੀਆਂ ਉਹਨਾਂ ਦੀ ਕਿੰਨੀ ਸੈਲਰੀ ਹੁੰਦੀ ਆ। ਦੇਖੋ ਜੀ, ਜਿਹੜੀ ਗਰੋਸ ਸੈਲਰੀ ਦੀ ਤਕਰੀਬਨ ਜਿਹੜੀ ਹੁੰਦੀ ਆ ਕੁੜੀਆਂ ਦੀ, ਉਹਨਾਂ ਦੇ ਵਿੱਚ ਇਹ ਹੁੰਦਾ ਵੀ 470 ਯੂਰੋ ਗਰੋਸ ਸੈਲਰੀ ਹੁੰਦੀ ਆ, ਜਿਹਦੇ ਵਿੱਚ ਜਿੱਦਾਂ ਇੰਸ਼ੋਰੈਂਸ ਟੈਕਸ ਵਗੈਰਾ ਜਿਹੜੇ ਸਭ ਕੁਝ ਪੇ ਹੋ ਕੇ ਜਿਹੜੀ ਆਪਣੀ ਸੈਲਰੀ ਆ ਕੁੜੀਆਂ ਨੂੰ ਉਹ 309 ਜਾਂ 315, ਜਾਂ ਉਹਦੇ ਵਿੱਚ ਜੇਕਰ ਉਹ ਪਾਰਟ ਟਾਈਮ ਕਰਦੀਆਂ ਉਹ ਤੁਹਾਡੇ ਵੱਖਰੇ ਹੁੰਦੇ ਆ, ਅਤੇ ਜਾਂ ਸੰਡੇ ਤੁਸੀਂ ਕੰਮ ਕਰਦੇ ਹੋ ਉਹ ਵੱਖਰੇ ਹੁੰਦੇ ਆ, ਸੰਡੇ ਦੀ ਕਿਉਂਕਿ ਛੁੱਟੀ ਹੁੰਦੀ ਆ। ਠੀਕ ਹੈ ਜੀ। ਬਾਕੀ ਜਿਹੜੇ ਜੋ ਵੀ ਇੱਥੇ ਪਬਲਿਕ ਹੋਲੀਡੇ ਹੋਏ ਉਹਦੇ ਵਿੱਚ ਤੁਹਾਨੂੰ ਛੁੱਟੀ ਹੁੰਦੀ ਆ, ਉਸ ਟਾਈਮ 'ਤੇ ਤੁਸੀਂ ਵੱਖਰਾ ਜੇ ਕੰਮ ਕਰਦੇ ਹੋ ਉਹ ਤੁਹਾਨੂੰ ਪੈਸੇ ਵੱਖਰੇ ਦਿੰਦੇ ਆ। ਸੋ ਹੁਣ ਵਰਕ ਵੀਜ਼ੇ 'ਤੇ ਜਿਹੜੇ ਮੁੰਡੇ ਆਉਂਦੇ ਆ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਵਰਕ ਵੀਜ਼ੇ 'ਤੇ ਜਿਹੜੇ ਮੁੰਡੇ ਆਉਂਦੇ ਆ ਕੰਮ ਕਰਨ ਵਾਸਤੇ, ਜ਼ਿਆਦਾਤਰ ਕਰਕੇ ਆਪਾਂ ਸਾਫ਼ ਗੱਲ ਜਿਹੜੀ ਕਰ ਦਿੰਦੇ ਹਾਂ, ਕਿਉਂਕਿ ਬਹੁਤ ਸਾਰੇ ਏਜੰਟ ਜਿਹੜੇ ਆ ਸਹੀ ਗੱਲਾਂ ਨਹੀਂ ਦੱਸਦੇ ਹੁੰਦੇ ਵੀ ਸਾਈਪ੍ਰਸ ਦੇ ਵਿੱਚ ਕੀ ਕੰਮ ਆ। ਜ਼ਿਆਦਾ ਕਰਕੇ ਕੰਮ ਇੱਥੇ ਸਾਈਪ੍ਰਸ ਦੇ ਵਿੱਚ ਫਾਰਮਾਂ ਦੇ ਆ, ਇਹ ਨਹੀਂ ਕੋਈ ਵੀ ਆਉਂਦਾ ਹੀ ਕੋਈ ਜੇ ਸਟੂਡੈਂਟ ਆ ਜਾਂ ਕੋਈ ਹੋਰ ਆ ਬੰਦਾ ਆਇਆ ਆਉਂਦਾ ਹੀ ਜਾਂ ਕਿਸੇ ਰੈਸਟੋਰੈਂਟ 'ਚ ਲੱਗ ਗਿਆ ਜਾਂ ਕੌਫੀ ਸ਼ੋਪ 'ਤੇ ਲੱਗ ਗਿਆ ਕੰਮ ਕਰਨ ਵਾਸਤੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਕਲੀਅਰ ਗੱਲ ਆਪਣੀ ਇਸ ਚੈਨਲ ਦੇ ਵਿੱਚ ਹਮੇਸ਼ਾ ਸਾਫ਼ ਹੁੰਦੀ ਆ। ਮੈਂ ਇਹ ਨਹੀਂ ਕਹਿੰਦਾ ਹੁੰਦਾ ਸਟੂਡੈਂਟਾਂ ਨੂੰ ਵੀ ਤੁਸੀਂ ਨਾ ਆਓ, ਕਿਉਂਕਿ ਸਟੂਡੈਂਟਾਂ ਦਾ ਸਾਈਪ੍ਰਸ ਦੇ ਵਿੱਚ ਬਹੁਤੇ ਜ਼ਿਆਦਾ ਚੰਗੇ ਹਾਲਾਤ ਨਹੀਂ ਹੈਗੇ, ਕਿਉਂਕਿ ਕੰਮ ਨਹੀਂ ਆਉਂਦੇ ਉਹਨੂੰ ਮਿਲਦੇ। ਸੋ ਜਿਹੜੀ ਆਪਾਂ ਗੱਲ ਕਰਦੇ ਹਾਂ, ਕੰਟੀਨਿਊ ਕਰਦੇ ਹਾਂ ਉਸ ਚੀਜ਼ ਨੂੰ ਵੀ ਫਾਰਮ 'ਤੇ ਕਿੰਨੀ ਸੈਲਰੀ ਹੁੰਦੀ ਆ। ਦੇਖੋ ਜੀ, ਉੱਤੇ ਹੁੰਦੀ ਆ 555 ਯੂਰੋ, 555 ਯੂਰੋ ਜਿਹੜੀ ਆ ਸੈਲਰੀ ਜਿਹੜੀ ਹੁੰਦੀ ਆ ਆਪਣਾ ਕੰਟਰੈਕਟ ਬਣਦਾ ਵਾ, 555 ਇਹ ਕੰਟਰੈਕਟ ਬਣਦਾ ਵਾ ਕੰਮ ਦੇ ਹਿਸਾਬ ਨਾਲ, ਜਿੱਦਾਂ ਕਿ ਕਈਆਂ ਦੇ ਵਿੱਚ 555 ਬਣਦੀ ਆ, ਜਿੱਦਾਂ ਸਪਾਈਓ ਵਗੈਰਾ ਦੀ ਹੁੰਦੀ ਆ, ਚਿਕਨ ਫੈਕਟਰੀਆਂ ਦੇ ਵਿੱਚ ਹੁੰਦੀ ਆ ਜਿਹੜੇ, ਉਹ ਇਹਨਾਂ ਦੀ ਹੁੰਦੀ ਆ 555 ਜਿਹੜਾ ਕੰਟਰੈਕਟ ਬਣਦਾ ਹੁੰਦਾ ਵਾ। ਬਾਕੀ ਜਿਹੜੇ ਤੁਹਾਡਾ ਓਵਰ ਟਾਈਮ ਲੱਗਦਾ ਵਾ ਉਸ ਚੀਜ਼ ਜਾਣਾ ਹੁੰਦਾ ਵਾ, ਅਤੇ ਜੇਕਰ ਫਾਰਮ 'ਤੇ ਤੁਸੀਂ ਕੰਮ ਕਰਦੇ ਹੋ ਉਹਦੀ 455 ਜਿਹੜਾ ਕੰਟਰੈਕਟ ਆ, ਠੀਕ ਹੈ, ਕੰਟਰੈਕਟ ਦੇ ਹਿਸਾਬ ਨਾਲ 455 ਹੁੰਦੀ ਆ। ਅਤੇ ਬਾਕੀ ਇਹ ਫਾਰਮਾਂ 'ਤੇ ਕੰਮ ਇਹ ਹੁੰਦਾ ਵਾ ਵੀ ਇੱਥੇ ਕੋਈ ਜਿੱਦਾਂ ਜ਼ਿਆਦਾ ਰੈਸਟ ਰੁਸਟ ਨਹੀਂ ਹੁੰਦੀ ਅਤੇ ਕੰਮ ਬਹੁਤ ਜ਼ਿਆਦਾ ਹੁੰਦਾ ਆ, ਅਤੇ ਇਹਦੇ ਵਿੱਚ ਛੁੱਟੀ ਵੀ ਨਹੀਂ ਹੁੰਦੀ ਜ਼ਿਆਦਾ ਕਰਕੇ, ਜਾਂ ਕਈ ਵਾਰ ਥਾਵਾਂ 'ਤੇ ਜਿੱਦਾਂ ਛੁੱਟੀ ਹੋ ਵੀ ਸਕਦੀ ਆ ਪਰ ਉਹ ਕਹਿ ਕੇ ਲੈਣੀ ਪੈਂਦੀ ਆ, ਛੁੱਟੀ ਜ਼ਿਆਦਾ ਕਰਕੇ ਨਹੀਂ ਹੁੰਦੀ, ਮਾਲਕ ਇੱਥੇ ਕੰਮ 'ਤੇ ਛੁੱਟੀ ਨਹੀਂ ਦਿੰਦੇ। ਅਤੇ ਉਹਦੇ ਵਿੱਚ ਜੇ ਛੁੱਟੀ ਨਹੀਂ ਦਿੰਦੇ ਆਪਾਂ ਨੂੰ 550 ਯੂਰੋ, 600 ਯੂਰੋ ਤੱਕ ਜਿਹੜੀ ਫਾਰਮ 'ਤੇ ਕੰਮ ਕਰਨ ਦੀ ਵੀਜ਼ੇ 'ਤੇ ਆਪਾਂ ਨੂੰ ਜਿਹੜੀ ਆ ਸੈਲਰੀ ਮਿਲ ਜਾਂਦੀ ਆ। ਪਰ ਇਹਦੇ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ ਵਾ, ਜਿੱਦਾਂ ਸਬਜ਼ੀਆਂ ਦੇ ਫਾਰਮ ਹੁੰਦੇ ਆ, ਜਿੱਦਾਂ ਕੋਈ ਹੋਰ ਖੇਤੀਬਾੜੀ ਦੇ ਕੰਮ ਹੁੰਦੇ ਆ, ਅਤੇ ਗਾਵਾਂ ਵਾਲੇ ਫਾਰਮ ਹੁੰਦੇ ਆ, ਸੂਰ ਵਾਲੇ ਫਾਰਮ ਹੁੰਦੇ ਆ, ਬੱਕਰੀਆਂ ਭੇਡਾਂ ਵਾਲੇ, ਜਿੱਦਾਂ ਇਹ ਸਾਰੇ ਫਾਰਮ ਹੁੰਦੇ ਆ, ਇਹਨਾਂ ਦੇ ਕੰਮ ਕਾਫੀ ਹੁੰਦਾ, ਇਹਨਾਂ 'ਤੇ ਛੁੱਟੀ ਨਹੀਂ ਹੁੰਦੀ। ਅਤੇ ਸੋ ਇਹ ਗੱਲ
ਕਿਉਂਕਿ ਆਪਾਂ ਇਸ ਟਾਈਮ ਇਸ ਸਾਈਪ੍ਰਸ ਦੇ ਵਿੱਚ ਹੀ ਹਾਂ, ਕਿਉਂਕਿ ਆਪਾਂ ਨੂੰ ਪਤਾ ਆ ਅਸੀਂ ਇੰਨੇ ਚਿਰ ਤੋਂ ਇਸ ਥਾਂ 'ਤੇ ਇਹ ਚੀਜ਼ਾਂ ਦੇਖਦੇ ਆਏ ਹਾਂ। ਕਿਉਂਕਿ ਬਹੁਤ ਸਾਰੇ ਜਦੋਂ ਬੰਦੇ ਨਵੇਂ ਆਉਂਦੇ ਆ ਉਹ ਉੱਥੋਂ ਇਹੀ ਗੱਲ ਕਹਿ ਕੇ ਆਏ ਹੁੰਦੇ ਆ ਵੀ ਉੱਥੇ ਸੰਡੇ ਦੀ ਛੁੱਟੀ ਹੋਣੀ ਆ ਤੁਹਾਨੂੰ ਜਾਂ ਇੱਦਾਂ ਹੋਣੀ ਇੱਦਾਂ ਹੋਣੀ ਆ, ਪਰ ਜਦੋਂ ਇੱਥੇ ਆਉਂਦੇ ਆ ਜਦੋਂ ਉਹਨਾਂ ਨਾਲ ਗੱਲਬਾਤ ਕਰੀ ਉਹ ਆਪਣੇ ਨਾਲ ਗੱਲਬਾਤ ਕਰਦੇ ਵੀ ਸਾਨੂੰ ਤਾਂ ਇੱਦਾਂ ਦੱਸਿਆ ਸੀਗਾ ਅਤੇ ਆਹ ਗੱਲ ਹੋਈ। ਅਤੇ ਸੋ ਇਸ ਚੀਜ਼ਾਂ ਦਾ ਖਿਆਲ ਰੱਖਣਾ ਵਾ ਜਿੰਨੇ ਵੀ ਬੰਦੇ ਨੇ ਆਉਣਾ, ਜੇ ਸਟੂਡੈਂਟ ਜਿਸ ਬੰਦੇ ਨੇ ਆਉਣਾ, ਹੁਣ ਆਪਾਂ ਗੱਲ ਕਰ ਲੈਂਦੇ ਸਟੂਡੈਂਟ ਦੀ, ਠੀਕ ਹੈ, ਵਰਕ ਵੀਜ਼ੇ ਦੀ ਵੀ ਹੋ ਗਈ ਨਾ, ਕੁੜੀਆਂ ਦੇ ਘਰ ਦੇ ਕੰਮ ਦੀ ਵੀ ਗੱਲ ਹੋ ਗਈ, ਅਤੇ ਹੁਣ ਆਪਾਂ ਕਰ ਲੈਂਦੇ ਸਟੂਡੈਂਟ ਦੀ। ਦੇਖੋ ਸਟੂਡੈਂਟ ਜਦੋਂ ਵੀ ਬੰਦਾ ਆਊਗਾ ਇੱਥੇ ਸਾਈਪ੍ਰਸ ਦੇ ਵਿੱਚ ਆਉਣਾ ਵਾ, ਕਿਉਂਕਿ ਆਉਂਦੇ ਨੂੰ ਤਾਂ ਕਿਸੇ ਨੂੰ ਕੰਮ ਨਹੀਂ ਮਿਲਣਾ ਹੈਗਾ, 6 ਮਹੀਨੇ ਤਕਰੀਬਨ ਕਿਸੇ ਨੂੰ ਕੋਈ ਕੰਮ ਨਹੀਂ ਮਿਲਣਾ, ਠੀਕ ਹੈ ਜੀ। ਬਾਕੀ ਹਜੇ ਸਟੂਡੈਂਟ ਵੀਜ਼ੇ ਜਿਹੜੇ ਆ ਉਹ ਨਹੀਂ ਲੱਗ ਰਹੇ ਹੈਗੇ, ਅਤੇ ਕਿਉਂਕਿ ਕਾਲਜ ਵਗੈਰਾ ਯੂਨੀਵਰਸਿਟੀ ਵਗੈਰਾ ਓਪਨ ਨਹੀਂ ਹੈਗੀਆਂ। ਜਦੋਂ ਓਪਨ ਹੋਣਗੇ ਉਸੇ ਤੋਂ ਬਾਅਦ ਹੀ ਵੀਜ਼ੇ, ਜਿੱਦਾਂ ਕਿ ਜਿੱਦਾਂ ਕਿ ਅਸੀਂ ਪਹਿਲਾਂ ਇੱਕ ਏ ਮੇਲ ਕੀਤੀ ਸੀ ਕਾਲਜ ਨੂੰ, ਠੀਕ ਹੈ, ਉਹਨਾਂ ਨੇ ਇਹ ਕਿਹਾ ਸੀਗਾ ਵੀ ਮਈ ਤੱਕਰ ਜਾਂ ਤਕਰੀਬਨ ਦੇ ਵਿੱਚ ਜਿੱਦਾਂ ਵੀਜ਼ੇ ਲੱਗਣੇ ਸਟਾਰਟ ਹੋਣਗੇ, ਪਰ ਇਹਦੇ ਵਿੱਚ ਵੀ ਸ਼ੋਰ ਨਹੀਂ ਹੈਗਾ। ਅਤੇ ਸੋ ਇਹਨਾਂ ਚੀਜ਼ਾਂ ਨੂੰ ਖਿਆਲ ਰੱਖਣਾ ਵਾ, ਠੀਕ ਹੈ ਜੀ। ਅਤੇ ਜਿਹੜਾ ਸਟੂਡੈਂਟ ਵੀਜ਼ਾ ਉਹਨੂੰ ਜਦੋਂ ਵੀ ਕੋਈ ਬੰਦਾ ਆਉਂਦਾ ਉਹਨੂੰ 6 ਮਹੀਨੇ ਤੱਕਰ ਕੰਮ ਨਹੀਂ ਮਿਲਦਾ, ਕਿਉਂਕਿ ਪੇਪਰ ਨਹੀਂ ਮਿਲਦਾ ਕਾਲਜ ਵੱਲੋਂ। ਅਤੇ ਜੇਕਰ ਉਹ ਕੋਈ ਪੇਪਰ ਮਿਲ ਜਾਂਦੇ ਉਸ ਤੋਂ ਬਾਅਦ ਫਿਰ ਉਹ ਕੰਮ ਕਰ ਸਕਦਾ ਵਾ। ਜੇਕਰ ਸਟੂਡੈਂਟ ਨੂੰ ਆਉਂਦੇ ਨੂੰ ਕੰਮ ਨਹੀਂ ਮਿਲਦਾ ਤਾਂ ਉਹਦੇ ਜਿੱਦਾਂ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ, ਠੀਕ ਹੈ, ਸਾਰਾ, ਅਤੇ ਉਹਦੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਵਾ। ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਣਾ। ਸੋ ਅੱਜ ਦੀ ਵੀਡੀਓ 'ਚ ਇੰਨੀ ਜਾਣਕਾਰੀ, ਜੇਕਰ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।